ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਹੋਪ ਕਿ ਠੀਕ ਠਾਕ ਹੋਣੀ ਆ ਮੇਰੀਆਂ ਭੈਣਾਂ ਲੋ ਭੈਣੋ ਅੱਜ ਤੁਹਾਨੂੰ ਦਿਖਾਉਣੇ ਨੇ ਮੈਂ ਚਾਰ ਸੂਟ ਚਾਰੇ ਅਲੱਗ-ਅਲੱਗ ਤਰੀਕੇ ਨਾਲ ਆਪਾਂ ਨੇ ਕਰੀ ਨੇ ਡਿਜ਼ਾਈਨ ਤੁਸੀਂ ਦੇਖਦੇ ਰਹੋ ਤੇ ਕਰੋ ਆਪਣੇ ਸੂਟ ਤਿਆਰ ਆ ਦੇਖੋ ਕਾਰਨਰ ਦੇ ਉੱਪਰ ਲਾਈ ਆਪਾਂ ਨੇ ਜੁਆਇੰਟ ਲੈਸ ਨਾਲ ਚੀਕਨ ਤੁਸੀਂ ਜੇ ਤੁਹਾਡੀ ਪਲੇਨ ਸਲਵਾਰ ਹੈ ਤਾਂ ਤੁਸੀਂ ਇੱਥੇ ਪਲੇਨ ਫੈਬਰਿਕ ਵੀ ला ਸਕਦੇ ਹੋ ਤੇ ਐਵੇਂ ਡਿਜ਼ਾਈਨ ਦੋਨੋਂ ਕਾਰਨਰ ਦੇ ਉੱਪਰ ਵੀ ਤੁਸੀਂ ਬਣਾ ਸਕਦੇ ਹੋ ਤੇ ਟਾਈ ਡਾਈ ਦੁਪੱਟਾ ਹੀ ਤੁਸੀਂ ਪਲੇਨ ਰੱਖਿਓ ਨੂੰ ਲੈਸ ਲਾ ਲਓ ਤੇ ਜਿਹੜੀ ਗਲੇ ਤੇ ਲੈਸ ਲਾਏ ਮੈਂ ਤੁਹਾਨੂੰ ਦੱਸ ਦੰਨੀ ਆ 10 ਇੰਚ ਤੇ ਹੋਣੀ ਆ ਹਾਂ ਲੈਸ ਲਾਈ ਹੋਈ ਤੇ ਆਪਣਾ ਸੈਕਿੰਡ ਸੂਟ ਆ ਸੈਕਿੰਡ ਆ ਗਿਆ ਆਪਾਂ ਪਹਿਲੀ ਤੇ ਉੱਜੇ ਹੋਈਆਂ ਹਾਲੇ ਤੇ ਸੈਕਿੰਡ ਦਾ ਦੇਖ ਲਓ ਤੁਸੀਂ ਲੈਸ ਲਾਈ ਹੈ ਉੱਪਰ ਜਿਹੜੀ ਡਿਜ਼ਾਈਨ ਕਰਿਆ ਨਾ ਵੀ ਸ਼ੇਪ ਚ ਉਹ ਲੇਸ ਨੂੰ ਹੀ ਕਟਿੰਗ ਕਰਕੇ ਕਰਿਆ ਉਹਦੀ ਮੈਂ ਵੀਡੀਓ ਪਾਈ ਹੋਈ ਹੈ ਵੀ ਕਿਵੇਂ ਆਪਾਂ ਨੂੰ ਰੱਖ ਕੇ ਕਰ ਸਕਦੇ ਆ ਉਹ ਤੁਸੀਂ ਦੇਖ ਸਕਦੇ ਛੋਟੇ ਹੈ ਇੱਕ ਛੋਟਾ ਜਾਂ ਤੇ ਆਮ ਸਲਵਾਰ ਤੇ ਲਾਈ ਸਲਵਾਰ ਤੇ ਆਪਣੇ ਟੈਟੂਨ ਲਾਈ ਸਿੰਪਲ ਲੈਸ ਲਾ ਕੇ ਤੇ ਉਹਨੂੰ ਪੱਟੀ ਲਾਤੀ ਤੇ ਆਪਣਾ ਥਰਡ ਸੂਟ ਹੈ ਥਰਡ ਸੂਟ ਦਾ ਆਪਾਂ ਨੇ ਚੁੰਨੀ ਨਾਲ ਕੰਬੀਨੇਸ਼ਨ ਕਰਿਆ ਹੈ ਤੇ ਜਿਵੇਂ ਗਾਜਰੀ ਦਾ ਗਾਜਰੀ ਸ਼ਰਟ ਲਾਈ ਆਪਾਂ ਨੇ ਲਾਈ ਉਹਦੇ ਨਾਲ ਤੇ ਵਾਈਟ ਇਹਦੇ ਨਾਲ ਔਰਗੈਂਜ਼ਾ ਲੈਸ ਲਾਈ ਹੈ ਨਾ ਪੱਲਿਆਂ ਤੇ ਲਾ ਲਈ ਤੇ ਬਾਹਮਾਂ ਤੇ ਬਾਹਮਾ ਇਹਦੀ ਵੀ ਅਮਰੀਲਾ ਹੀ ਨੇ ਤੇ ਗਲੇ ਤੇ ਉਵੇਂ ਹੀ ਲੈਸ ਲਾਈ ਹੋਈ ਹੈ ਇਹਦੀ ਜਿਹੜੀ ਬਿੱਥ ਹੁੰਦੀ ਹੈ ਗਲੇ ਤੋਂ 1 ਇੰਚ ਛੱਡ ਕੇ ਤੇ ਥੱਲੇ 10 ਇੰਚ ਤੇ ਨਿਸ਼ਾਨ ਲਾ ਕੇ ਤੁਹਾਡਾ ਪਰਫੈਕਟ ਬਣ ਜਾਣਾ ਹੈ ਗਲਾ ਤੇ ਇਹਦੀ ਸਲਵਾਰ ਸੀ ਚੀਕਨ ਦੀ ਤੁਸੀਂ ਦੇਖ ਹੀ ਲਈ ਹੈ ਨਾ ਤੇ ਮੈਂ ਤੁਸੀਂ ਸ਼ਰਟ ਵੀ ਬਣਾ ਸਕਦੇ ਉਹਦੇ ਨਾਲ ਤੁਸੀਂ ਪ੍ਰਿੰਟਡ ਸਲਵਾਰ ਲਾ ਲਓ ਤੇ ਟਾਈਡਾਈ ਦੁਪੱਟਾ ਲਾ ਲਓ ਆਇਆ ਆਪਣਾ ਲਾਸਟ ਸੂਟ ਤੇ ਲਾਸਟ ਸੂਟ ਤੇ ਆਪਾਂ ਨੇ ਦੋ ਤਰ੍ਹਾਂ ਦੀ ਲੈਸਾਂ ਲਾਈਆਂ ਨੇ ਮਹਿਰੂਨ ਕਲਰ ਦੀ ਇੱਕ ਫਲਾਰ ਤੇ ਇੱਕ ਸਿੰਪਲ ਲੈਸ ਤੇ ਫਲਾਰ ਵਾਲੇ ਨਾਲ ਅਸੀਂ ਡਿਜ਼ਾਈਨ ਕਰਿਆ ਹੈ ਹੋਪ ਹੈ ਕਿ ਤੁਹਾਨੂੰ ਡਿਜ਼ਾਈਨ ਪਸੰਦ ਆਏ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਆਉਣ ਵਾਲੀਆਂ ਵੀਡੀਓ ਦੇਖੋ ਆਉਣ ਵਾਲੇ ਹੋਰ ਵੀ ਨਵੇਂ-ਨਵੇਂ ਡਿਜ਼ਾਈਨ ਹੋਣਗੇ ਮਿਲਦੇ ਆਂ ਅਗਲੀ ਵੀਡੀਓ